ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਕਪੂਰਥਲਾ ਦੇ ਇੱਕ ਬਹੁਤ ਹੀ ਖੂਬਸੂਰਤ ਪਿੰਡ ਗੁਡਾਣਾ ਵਿਖੇ, ਜਿੱਥੇ ਕਿ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ, ਗੱਲਬਾਤ ਕਰਾਵਾਂਗੇ ਤੁਹਾਡੀ ਕੁਝ ਅਜਿਹੀਆਂ ਸ਼ਖਸੀਅਤਾਂ ਨਾਲ ਜੋ ਕਿ ਪਿੰਡ ਦੀ ਹੀ ਨਹੀਂ, ਸ਼ਹਿਰ ਦੀ ਹੀ ਨਹੀਂ, ਜ਼ਿਲ੍ਹੇ ਦੀ ਹੀ ਨਹੀਂ, ਸਗੋਂ ਸਮਾਜ ਦੇ ਵਿੱਚ ਬਹੁਤ ਹੀ ਵਧੀਆ, ਬਹੁਤ ਹੀ ਸ਼ਲਾਘਾਯੋਗ ਕੰਮਾਂ ਦੇ ਨਾਲ ਸੇਵਾ ਨਿਭਾ ਰਹੇ ਨੇ। ਸੋ ਆਓ ਜੀ, ਹੁਣ ਆਪਾਂ ਚੱਲਦੇ ਹਾਂ, ਨਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਨਾਲੇ ਉਹਨਾਂ ਕੋਲੋਂ, ਜਿਵੇਂ ਕਿ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ 2019 ਆ ਰਿਹਾ ਹੈ, ਉਹਦੇ ਰਿਗਾਰਡਿੰਗ ਆਪਾਂ ਉਹਨਾਂ ਕੋਲੋਂ ਸ਼ੁਭਕਾਮਨਾਵਾਂ ਲਵਾਂਗੇ, ਅਰਦਾਸਾਂ ਲਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਸ਼ੋਅ ਮੇਰੀ ਆਵਾਜ਼ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਮੇਰੀ ਆਵਾਜ਼ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ, ਅਤੇ ਵੈਲਕਮ, ਤੁਸੀਂ ਸਾਡੇ ਪਿੰਡ ਆਏ, ਇੰਨਾ ਸਾਨੂੰ ਮਾਣ ਦਿੱਤਾ ਤੁਸੀਂ ਆ ਕੇ। ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਦੇਸ਼ ਨੂੰ, ਪੰਜਾਬ ਨੂੰ, ਅਤੇ ਦੇਸ਼ਾਂ ਪ੍ਰਦੇਸ਼ਾਂ ਬੈਠੇ ਮੇਰੇ ਦੋਸਤਾਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਪਿੰਡ ਵਾਲਿਆਂ ਨੂੰ ਅਤੇ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਅੱਜ ਤੱਕ ਮੈਨੂੰ। ਹਾਂਜੀ, ਅਤੇ ਮੈਂ ਕੋਸ਼ਿਸ਼ ਕਰਨਾ ਕਿ ਸਭ ਨੂੰ ਇਹ ਕਹਿਣ ਦੀ ਕਿ ਇਨਵਾਇਰਮੈਂਟ ਜਿਹੜਾ ਨਾ ਆਪਣੇ, ਉਹਦੇ ਵੱਲ ਧਿਆਨ ਦੇਣ, ਥੋੜ੍ਹਾ ਪ੍ਰਦੂਸ਼ਣ ਤੋਂ ਬਚਿਆ ਜਾਏਗਾ। ਹਾਂਜੀ, ਅਤੇ ਆਪਣਾ ਚਾਰਾ ਫਸਾ ਸੋਹਣਾ ਵਧੀਆ ਹੋਏਗਾ ਅਤੇ ਸਭ ਕੁਛ ਵਧੀਆ ਹੈ, ਅਤੇ ਤਾਂ ਹੀ ਨਵੇਂ ਸਾਲ ਨੂੰ ਆਪਾਂ ਵਧੀਆ ਇੰਜੋਏ ਕਰ ਸਕਾਂਗੇ, ਕਿਉਂਕਿ ਸਾਡਾ ਇਲਾਕਾ ਔਰ ਆਸਾ ਪਾਸਾ ਜੇ ਵਧੀਆ ਆ। ਅਤੇ ਮੇਰੇ ਵੱਲੋਂ ਬਹੁਤ ਮੁਬਾਰਕਾਂ ਜੀ, ਥੈਂਕ ਯੂ ਵੈਰੀ ਮੱਚ ਤੁਹਾਡਾ ਸਾਡੇ ਪਿੰਡ ਆਉਣ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਓ ਜੀ, ਹੁਣ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਇਸੇ ਪਿੰਡ ਦੇ ਇੱਕ ਯੁਵਾ ਪੀੜ੍ਹੀ ਦੇ ਨਾਲ, ਯੁਵਾ ਪੀੜ੍ਹੀ ਦੇ ਇੱਕ ਅੰਗ ਦੇ ਨਾਲ, ਇੱਕ ਹਿੱਸੇ ਦੇ ਨਾਲ, ਜਗਦੀਸ਼ ਸਿੰਘ ਜੀ ਜਿਨ੍ਹਾਂ ਦਾ ਨਾਮ ਹੈ, ਅਤੇ ਜੋ ਕਿ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਵੀ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਮੇਰੀ ਆਵਾਜ਼ 'ਚ। ਮੈਂ ਜਗਦੀਸ਼ ਸਿੰਘ, ਤੁਹਾਡੀ ਸਾਰੀ ਟੀਮ ਦਾ ਆਪਣੇ ਪਿੰਡ 'ਚ ਆਉਣ ਨੂੰ ਸਵਾਗਤ ਕਰਦਾ ਜੀ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਯਾਰ ਬੈਲੀ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਮੈਂ ਉਮੀਦ ਕਰਦਾ ਕਿ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ। ਸਤਿ ਸ਼੍ਰੀ ਅਕਾਲ ਜੀ।